ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਿੱਖ ਧਰਮ ਦੇ ਵਿੱਚ ਜੋ-ਜੋ ਵੀ ਅੱਜ ਤੱਕ ਗੁਰੂ ਮਹਾਰਾਜ ਤੋਂ ਬਾਅਦ ਮਹਾਰਨ ਜੀ ਰਾਜਾ ਰਣਜੀਤ ਸਿੰਘ ਜੀ ਜਾਂ ਉਹਨਾਂ ਤੋਂ ਬਾਅਦ ਮਹਾਪੁਰਸ਼ਾਂ ਨੇ ਯਾ ਮੌਜੂਦਾ ਮਾਪੁਰਸ਼ਾਂ ਨੇ ਜੋ ਦੇਣ ਦਿੱਤੀ ਹੈ ਉਸ ਤੇ ਜ਼ਿਕਰ ਕਰਾਂਗੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਵਿਰਸੇ ਨੂੰ ਇੱਕ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਮਹਾਰਾਜ ਦੇ ਵਿਰਸੇ ਨੂੰ ਵਾਖੂਬ ਉੱਚੇ ਸ਼ਿਖਰਾਂ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਿਰਫ ਲੜਕੀਆਂ ਵਾਸਤੇ ਨਹੀਂ ਲੜਕੀਆਂ ਵਾਸਤੇ ਸਕੂਲ ਕਾਲਜ ਬਣਾਏ ਜਾਂਦੇ ਸੀ ਗੁਰਬਾਣੀ ਤੇ ਸਿੱਖਿਆ ਨੂੰ ਬਹੁਤ ਤਰਜੀਹ ਦਿੱਤੀ ਉਹ ਭਲੀ ਪਾਂਤੀ ਸਮਝਦੇ ਸਨ ਕਿ ਜੇਕਰ ਉਨਤੀ ਦੇ ਰਾਹ ਤੇ ਚੱਲਣਾ ਹੈ ਤਰੱਕੀ ਦੇ ਰਾਹ ਤੇ ਚੱਲਣਾ ਹੈ ਤੇ ਬੱਚਿਆਂ ਦੀ ਸਿੱਖਿਆ ਬਹੁਤ ਜ਼ਰੂਰੀ ਹੈ ਸਮਾਜ ਮ ਆਪਣੀ ਚਾਲ ਚੱਲਦਾ ਰਿਹਾ ਮਹਾਰਾਜ ਰنجੀਤ ਸਿੰਘ ਦੀ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹਨਾਂ ਨੇ ਸਰਵੇ ਕਰਵਾਇਆ ਸਾਰੇ ਪੰਜਾਬ ਦਾ ਮਹਾ ਪੰਜਾਬ ਦਾ ਅੰਗਰੇਜ਼ਾਂ ਦੀ ਇਹ ਕੋਸ਼ਿਸ਼ ਸੀ ਕਿ ਇਹ ਇਹਨਾਂ ਦੀ ਤਰੱਕੀ ਦਾ ਇਹਨਾਂ ਦੀ ਉਨਤੀ ਦਾ ਇਹਨਾਂ ਦੀ ਬਹਾਦਰੀਆਂ ਦਾ ਕਾਰਨ ਕੀ ਹੈ ਤੇ ਗੁਰੂ ਪਿਆਰਿਓ ਉਹ ਜਿਹਨਾਂ ਨੇ ਰਿਪੋਰਟਾਂ ਤਿਆਰ ਕੀਤੀਆਂ ਉਹਨਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਕੀ ਇੱਥੇ ਬੱਚੇ ਸਿੱਖਿਸ਼ਕਤ ਬਾਬਤ ਨੇ ਗੁਰੂ ਨਾਲ ਜੁੜੇ ਨੇ ਅੰਗਰੇਜ਼ਾਂ ਨੇ ਕੋਸ਼ਿਸ਼ ਕਰਕੇ ਜਿੰਨਾ ਵੀ ਲਿਟਰੇਚਰ ਸੀ ਸਾਡਾ ਉਹਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਇੱਕ ਸਮਾਂ ਉਹ ਵੀ ਆਇਆ ਜਦੋਂ ਬਾਣੀ ਨਾਲੋਂ ਬਾਣੇ ਨਾਲੋਂ ਧਰਮ ਨਾਲੋਂ ਸਿੱਖਿਆ ਨਾਲੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਟੁੱਟ ਗਈਆਂ ਫੇਰ ਕੁਦਰਤ ਨੇ ਕਿਰਪਾ ਕੀਤੀ ਸਮਾਂ ਆਇਆ ਇਸ ਦੇ ਵਿੱਚ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਕਿ ਜਦੋਂ ਸਿੱਖ ਕੌਮ ਵਿੱਚ ਇਹਨਾਂ ਲਘਾਰ ਆ ਗਿਆ ਤੇ ਕਾਜ਼ੀਆਂ ਨੇ ਪੰਡਤਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸਿੱਖਿਆ ਗ੍ਰਹਿਣ ਕਰਨ ਦੀ ਕੀ ਲੋੜ ਹੈ ਜਦੋਂ ਅਸੀਂ ਜੋ ਪੜ੍ਹਾ ਰਹੇ ਹਾਂ ਤੁਹਾਨੂੰ ਇਹਦੀ ਕਾਦੀ ਲੋੜ ਹੈ ਤੁਸੀਂ ਆਪਣੇ ਕਿਰਤ ਕਰੋ ਖੇਤੀ ਕਰੋ ਜੋ ਵੀ ਕਰਨਾ ਕਰੋ ਇਹ ਧਰਮ ਦਾ ਕੰਮ ਛੱਡ ਤੇ ਛੱਡ ਦੋ ਲੇਕਿਨ ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਭਾਈ ਵੀਰ ਸਿੰਘ ਜੀ ਭਾਈ ਗੁਰਮukh ਸਿੰਘ ਜੀ ਅਤੇ ਹੋਰ ਸ਼ਖਸੀਤਾਂ ਪੰਡਤ ਗੁਲਾਬ ਸਿੰਘ ਜੀ ਵਰਗਿਆਂ ਨੇ ਜਿੱਥੇ ਇਹ ਭਜਨ ਬੰਦਗੀ ਦੇ ਮਾਲਕ ਸਨ ਨਾਲ ਇਹਨਾਂ ਨੇ ਸਿੱਖ ਕੌਮ ਨੂੰ ਆਪਣੇ ਪੈਰਾਂ ਤੇ ਖੜਿਆ ਕਰਨ ਵਾਸਤੇ ਵਿਦਿਆ ਦੇ ਕੇਂਦਰ ਖੋਲੇ ਥਾਂ ਥਾਂ ਤੇ ਸਕੂਲ ਬਣਾਏ ਥਾਂ ਥਾਂ ਤੇ ਗੁਰੂ ਘਰ ਬਣਾਏ ਜਿਸ ਦੇ ਨਾਲ ਥੋੜਾ ਜਿਹਾ ਸਿੱਖ ਕੌਮ ਦੇ ਵਿੱਚ ਉਭਾਰ ਆਇਆ ਸਿੱਖ ਆਪਣੇ ਵਿਜੂਦ ਨੂੰ ਪਛਾਲਣ ਲੱਗ ਗਏ ਗੁਰੂ ਸਵਾਰੀ ਸਾਹਿਬ ਸੰਗਤ ਜੀ ਬੜੀ ਮਹਾਂਪੁਰਖਾਂ ਕਿਰਪਾ ਕੀਤੀ ਉਪਰੰਤ ਸੰਤ ਬਾਬਾ ਅਨੰਦ ਸਿੰਘ ਜੀ ਸੰਤ ਬਾਬਾ ਈਸ਼ਰ ਸੰਗੀ ਰਾੜਾ ਸਾਹਿਬ ਵਾਲੇ ਅਤੇ अनेका ਵਾਂ ਮਹਾਂ ਪੁਰਸ਼ਾਂ ਨੇ ਉਸ ਚਾਲੀ ਨੂੰ ਸੰਭਾਲ ਕੇ ਰੱਖਿਆ ਗੁਰੂ ਮਹਾਰਾਜੀ ਦੀ ਕਿਰਪਾ ਹੋਈ ਸਾਡੇ ਭੇਵੇ ਇਲਾਕੇ ਦੇ ਵੀ ਕਰਮ ਜਾਗੇ ਸਾਡੇ ਭੇਵੇ ਇਲਾਕੇ ਦੇ ਵਿੱਚ ਉਹਨਾਂ ਨੇ ਇਹੋ ਜੀ ਕਿਰਪਾ ਕੀਤੀ ਕਿ ਇੱਥੇ ਦੋ ਮਹਾਨ ਆਤਮਾ ਸੰਤ ਬਾਬਾ ਮਾਨ ਸਿੰਘ ਜੀ ਅਤੇ ਸੰਤ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਲਈ ਕਿ ਭੇਵੇ ਇਲਾਕੇ ਦੇ ਵਿੱਚ ਤੁਸੀਂ ਗੁਰੂਪੰਥ ਗੁਰੂ ਗ੍ਰੰਥ ਦੀ ਗੱਲ ਕਰਨੀ ਹੈ ਛੋਟੇ ਬਾਬਾ ਜੀ ਦੀ ਡਿਊਟੀ ਲਈ ਕਿ ਤੁਸੀਂ ਲੰਗਰਾਂ ਤੇ ਇਮਾਰਤਾਂ ਦੀ ਸੇਵਾ ਕਰਨੀ ਹੈ ਗੁਰੂ ਸਵਾਰੀ ਸਾਧ ਸੰਗਤ ਜੀ ਤਕਰੀਬਨ ਜਿੱਥੇ ਹੁਣ ਆਸ਼ਰਮ ਹੈ ਸੰਤ ਈਸ਼ਰ ਸਿੰਘ ਸੱਚਖੰਡ ਦਰਬਾਰ ਉਸ ਤੋਂ ਤਕਰੀਬਨ 2.5 ਕਿਲੋਮੀਟਰ ਤੇ ਇੱਕ ਨਗਰ ਸਿਆਣਾ ਸੈਦਾਂ ਪੈਂਦਾ ਹੈ ਜੋ ਕਿ 10ਵੇਂ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਉੱਥੇ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਜੋੜਾ ਵੀ ਪਿਆ ਹੈ ਉਥੋਂ ਦੇ ਲੰਬੜਦਾਰ ਸਰਦਾਰ ਸਾਧੂ ਸਿੰਘ ਜੀ ਜਿਨ੍ਹਾਂ ਦਾ ਬੇਟਾ ਕੇਰ ਸਿੰਘ ਮੇਰਾ ਜਮਾਤੀ ਸੀ ਉਹਨਾਂ ਦੇ ਘਰੇ ਸੰਤ ਨਰਿੰਦਰ ਸਿੰਘ ਜੀ ਪਟਿਆਲੇ ਵਾਲੇ ਆਇਆ ਕਰਦੇ ਸੀ ਅਦੇ ਇਲਾਕੇ ਦੇ ਵੀ ਕੁਝ ਇੱਕ ਸੰਗਤ ਉਹਨਾਂ ਨੂੰ ਸੁਣਨ ਵਾਸਤੇ ਜਾਂਦੀ ਸੀ ਇੱਕ ਦਿਨ ਦੀ ਗੱਲ ਹੈ ਕਿ ਕੀਰਤਨ ਤੋਂ ਬਾਅਦ ਜਦੋਂ ਸੰਤ ਨਰਿੰਦਰ ਸਿੰਘ ਜੀ ਗਿਆਨੀ ਜੀ ਬੈਠੇ ਨੇ ਸੰਗਤ ਦੇ ਵਿੱਚ ਉੱਥੇ ਸੰਤ ਬਾਬਾ ਮਾਨ ਸਿੰਘ ਜੀ ਦੇ ਬਾਰੇ ਜ਼ਿਕਰ ਚੱਲਿਆ ਕਿ ਇੱਥੇ ਵੀ ਜਵਾਨ ਉਮਰ ਦੇ ਦੋ ਸਾਧੂ ਕੁਝ ਡੇਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਸ਼ਰਮ ਬਣਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ ਤਾਂ ਗੁਰੂ ਪਿਆਰਿਓ ਸੰਤ ਬਾਬਾ ਨਰਿੰਜਨ ਸਿੰਘ ਜੀ ਦੀ ਸੰਗਤ ਬਾਬਾ ਜੀ ਨੇ ਪਹਿਲਾਂ ਕੀਤੀ ਸੀ ਸੰਤ ਬਾਬਾ ਨਰਿੰਜਨ ਸਿੰਘ ਦੀ ਜੇ ਕੋਸ਼ਿਸ਼ ਸੀ ਉਹਨਾਂ ਦੀ ਇੱਕ ਬੇਟੀ ਸੀ ਉਹ ਗ੍ਰਸਤੀ ਸੰਨ ਉਹਨਾਂ ਦੀ ਇੱਕ ਬੇਟੀ ਸੀ ਉਹਨਾਂ ਨੇ ਸੰਤ ਬਾਬਾ ਮਾਨ ਸਿੰਘ ਜੀ ਜਦੋਂ ਦਰਸ਼ਨਾਂ ਨੂੰ ਜਾਂਦੇ ਸੀ ਤੇ ਉਹਨਾਂ ਇੱਕ ਇਸ਼ਾਰੇ ਦੇ ਨਾਲ ਉਹਨਾਂ ਨੂੰ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਉਹਨਾਂ ਦੀ ਬੇਟੀ ਦਾ ਰਿਸ਼ਤਾ ਸੰਤ ਬਾਬਾ ਮਾਨ ਸਿੰਘ ਜੀ ਨਾਲ ਹੋ ਜਾਵੇ। ਲੇਕਿਨ ਬਾਬਾ ਜੀ ਨੇ ਉਸ ਗੱਲ ਨੂੰ ਨਾ ਮਨਜ਼ੂਰ ਕੀਤਾ। ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਮਾਨ ਸਿੰਘ ਜੀ ਦੇ اخلاق ਨੂੰ ਜਾਣਦੇ ਸਨ। ਅਤੇ ਉਹਨਾਂ ਨੂੰ ਨਜ਼ਰ ਆਉਂਦਾ ਸੀ ਵੀ ਆਉਣ ਵਾਲੇ ਸਮੇਂ 'ਚ ਕੀ ਕਰਨਗੇ? ਸਿੱਖ ਪੰਥ ਵਾਸਤੇ ਕੀ ਕਰ ਸਕਦੇ ਨੇ? ਗੁਰੂ ਸਵਾਰਿਓ ਉਹਨਾਂ ਨੇ ਵਚਨ ਕੀਤੇ ਪੇ ਗੁਰੂ ਪਿਆਰਿਓ ਪੇਵੇ ਇਲਾਕੇ ਦੀ ਬੰਜਰ ਧਰਤੀ ਦੇ ਵਿੱਚ ਇੱਕ ਗੁਲਾਬ ਦਾ ਬੂਟਾ ਪਰਫੁੱਲਤ ਹੋ ਰਿਹਾ ਹੈ ਤੁਸਾਂ ਸਾਰਿਆਂ ਨੇ ਰਲ ਮਿਲ ਕੇ ਉਹਦਾ ਸਹਿਯੋਗ ਦੇਣਾ ਹੈ ਤਾਂ ਕਿ ਉਸ ਗੁਲਾਬ ਦੇ ਬੂਟੇ ਦੀ ਖੁਸ਼ਬੂ ਤੁਹਾਡੇ ਇਲਾਕੇ ਵਿੱਚ ਫੈਲ ਸਕੇ ਗੁਰੂ ਸਾਰਿਓ ਸੰਤਾਂ ਤੋਂ ਬਾਅਦ ਇਹ ਗੱਲ ਕਿਸੇ ਨੇ ਆ ਕੇ ਡੇਰੇਜ ਵੀ ਦਸੀ ਉਹੀ ਹੋਇਆ ਜੋ ਮਹਾਪੁਰਖਾਂ ਨੇ ਕਿਹਾ ਸੀ ਬਾਬਾ ਜੀ ਨੇ ਇਥੇ ਡੇਰੇ ਦੀ ਅਰੰਭਤਾ ਕਰਤੀ ਸਭ ਤੋਂ ਪਹਿਲਾਂ ਜੋ ਸਤਕਾਰਯੋਗ ਬਾਪੂ ਬੰਤਾ ਸਿੰਘ ਜੀ ਦੀ ਜ਼ਮੀਨ ਜਿਹਦੇ 'ਤੇ ਟਿਊਬਵਲ ਸੀ ਉਥੇ ਮਹਾਰਾਜ ਦੇ ਪ੍ਰਕਾਸ਼ ਕੀਤੇ ਗਏ ਲੇਕਿਨ ਜਗ੍ਹਾ ਬਹੁਤ ਘੱਟ ਸੀ ਦੇ ਕੋਈ ਰਖ ਖਾ ਵੀ ਗੁਰੂ ਮਹਾਰਾਜ ਦਾ ਸਤਕਾਰ ਵੀ ਪੂਰਾ ਨਹੀਂ ਹੁੰਦਾ ਸੀ ਬਾਪੂ ਜੀ ਨੇ ਇਹਨਾਂ ਗੱਲਾਂ ਨੂੰ ਸੋਚਦਾ ਹਾਂ ਨਾਲ ਇੱਕ 30x10 ਦਾ ਕਮਰਾ ਬਣਾਤਾ ਜਿਸ ਦੇ ਵਿੱਚ ਤਕਰੀਬਨ 20x 10 ਜਾਂ ਉਸ ਤੋਂ ਵੀ ਛੋਟਾ ਕਮਰਾ ਗੁਰੂ ਗ੍ਰੰਥ ਸਾਹਿਬ ਦਾ ਅਤੇ ਬਾਕੀ ਨਾਲ ਇੱਕ ਬਾਬਾ ਜੀ ਵਾਸਤੇ 6x 10 ਦਾ ਪੋਰਸ਼ਨ ਸੀ ਜਿੱਥੇ ਬੜੀ ਮੁਸ਼ਕਲ ਨਾਲ ਇੱਕ 3/6 ਦਾ ਬੈਠਾ ਆਂਦਾ ਸੀ ਇੱਕ ਦੋ ਸਰੇਰ ਹੀ ਬਾਬਾ ਜੀ ਦੇ ਕੋਲ ਬੈਠ ਸਕਦੇ ਸਨ ਇੰਨੀ ਤੰਗ ਜਗ੍ਹਾ ਸੀ ਦੂਸਰੇ ਪਾਸੇ ਸੰਤ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਦਾ ਆਰਾਮ ਕਰਨ ਦਾ ਵੀ ਟਾਈਮ ਉਸ ਮੋਟਰ ਦੇ ਕਮਰੇ ਚ ਹੀ ਹੁੰਦਾ ਸੀ ਤੇ ਲੰਗਰ ਦਾ ਸਮਾਨ ਵੀ ਉੱਥੇ ਹੀ ਹੁੰਦਾ ਸੀ ਇਸੇ ਦੌਰਾਨ ਕਾਂਤਾ ਫਾਰਮ ਨਾਲ ਹੀ ਤਕਰੀਬਨ ਡੇਰੇ ਤੋਂ 1.5 ਕਿਲੋਮੀਟਰ ਪੈਂਦਾ ਆ ਭਾਈ ਸਾਹਿਬ ਮੇਰ ਸਿੰਘ ਜੀ ਜਿਹੜੇ ਕਿ 에어 ਫੋਰਸੇਜ਼ ਨੌਕਰੀ ਕਰਦੇ ਸਨ ਛੁੱਟੀ ਆਏ ਹੋਏ ਸੀ ਉਹਨਾਂ ਨੂੰ ਪਤਾ ਲੱਗਾ ਕਿਸੇ ਪਾਸੋਂ ਕਿ ਇੱਥੇ ਆਪਣੇ ਇਲਾਕੇ ਦੇ ਵਿੱਚ ਇੱਕ ਚੜ੍ਹਦੀ ਉਮਰ ਵਿੱਚ ਇੱਕ ਸਾਧੂ ਆਇਆ ਹੈ ਜੋ ਕਿ ਬੜਾ ਜਪ ਤਪ ਕਰ ਰਿਹਾ ਹੈ ਇਹਨਾਂ ਨੇ ਵੀ ਅੰਮ੍ਰਿਤਧਾਰੀ ਸਨ ਤਕਸਾਲ ਤੋਂ ਸੰਤ ਬਾਬਾ ਕਰਤਾਰ ਸਿੰਘ ਜੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਇਹਨਾਂ ਦੇ ਮਨ ਵਿੱਚ ਜਗਿਆਸਾ ਆਈ ਕਿ ਦਰਸ਼ਨ ਕਰਨੇ ਚਾਹੀਦੇ ਹਨ ਜਦੋਂ ਦਰਸ਼ਨ ਕਰਨ ਵਾਸਤੇ ਗਏ ਗੁਰੂ ਪਿਆਰਿਓ ਇਹਨਾਂ ਨੂੰ ਅੱਗੇ ਬਾਬਾ ਜੀ ਦੇ ਪਿਤਾ ਜੀ ਸਤਕਾਰਯੋਗ ਬਾਪੂ ਬੰਤਾ ਸਿੰਘ ਜੀ ਮਿਲੇ ਇਹ ਉਹਨਾਂ ਨੇ ਭਾਈ ਮੇਰ ਸਿੰਘ ਨੂੰ ਦੇਖ ਕੇ ਹਲ ਹਲਵਾਉਂਦੇ ਵੇਸੀ ਹਲ ਖੜੀ ਕਰ ਲਈ ਤੇ ਕਹਿਣ ਲੱਗੇ ਭਾਈ ਮੇਰ ਸਿੰਘ ਜੀ ਕਹਿਣ ਲੱਗੇ ਜੀ ਇੱਥੇ ਕੋਈ ਚੜਦੀ ਉਮਰ ਜਵਾਨ ਉਮਰ ਵਿੱਚ ਕੋਈ ਤਪੱਸਿਆ ਕਰਦਾ ਪਿਆ ਸਾਧੂ ਸੰਤ ਗੁਰੂ ਪਿਆਰਿਓ ਰੱਬ ਦੇ ਪਿਆਰਿਆਂ ਦੀ ਜੋ ਤਾਂ ਸ੍ਰਿਸ਼ਟੀ ਬਣੀ ਏ ਉਹਨਾਂ ਦਾ ਵਿਰੋਧ ਸੰਸਾਰ ਨੇ ਵੀ ਕੀਤਾ ਤੇ ਪਰਿਵਾਰ ਨੇ ਵੀ ਕੀਤਾ ਇਹ ਕੁਦਰਤੀ ਗੱਲ ਹੈ ਭਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਦੇਖ ਲਈਏ ਭਾਈ ਕਬੀਰ ਪੰਡਤ ਆਪਣੇ ਭਗਤ ਕਬੀਰ ਜੀ ਦਾ ਜੀਵਨ ਦੇਖ ਲਈਏ ਭਗਤ ਰਵਦਾਸ ਜੀ ਦਾ ਜੀਵਨ ਦੇਖ ਲਈਏ ਇਹ ਹਰੇਕੇ ਹਰ ਇੱਕ ਰੱਬ ਦੇ ਰਾਹ ਤੇ ਤੁਰਦੇ ਉਹ ਵਾਲੇ ਬੰਦੇ ਦੇ ਰਾਹ 'ਚ ਰੁਕਾਵਟਾਂ ਆਈਆਂ ਨੇ ਗੁਰੂ ਸਵਾਰਿਓ ਬਾਪੂ ਜੀ ਬੜੇ ਖਿਜੇ ਬੋਲੇ ਮੇਰ ਸਿੰਘ ਜੀ ਦੱਸਦੇ ਨੇ ਕਹਿੰਦੇ ਤੂੰ ਕੰਮ ਕੀ ਕਰਨਾ ਕਹਿੰਦੇ ਜੇ ਮੇਅਰ ਫੋਰਸ ਦੀ ਨੌਕਰੀ ਕਰਨਾ ਕਹਿੰਦੇ ਜਾ ਚਲਾ ਜਾ ਚੁੱਪ ਕਰਕੇ ਮੈਂ ਤੇ ਉਜੜ ਕੇ ਬਹਿ ਗਿਆ ਇਹਨੂੰ ਇੰਨਾ ਪੜਾਇਆ ਲਿਖਾਇਆ ਸੀ ਤੇ ਆ ਕਿਹੜੇ ਕੰਮ 'ਚ ਪੈ ਗਿਆ ਜਾ ਤੈਨੂੰ ਵੀ ਨਾ ਕਿਤੇ ਇਸੇ ਕੰਮ 'ਚ ਲਾ ਦੋਵੇ ਜਾ ਚਲਾ ਜਾ ਇੱਥੋਂ ਫਿਰ ਮੇਰ ਸਿੰਘ ਜੀ ਕਹਿੰਦੇ ਮੈਂ ਆ ਗਿਆ ਕਹਿਣ ਲੱਗੇ ਵੀ ਠੀਕ ਹੈ ਬਜ਼ੁਰਗਾਂ ਦੇ ਅੰਦਰ ਇਹ ਗੱਲ ਦੀ ਇਹਨਾਂ ਦੀ ਕੋਸ਼ਿਸ਼ ਸੀ ਕੋਈ ਚੰਗਾ ਅਫਸਰ ਬਣਦਾ ਕੁਝ ਚੰਗੇ ਪੈਸੇ ਆਂਦੇ ਜੋ ਆਪਾਂ ਸਾਰੇ ਦੁਨੀਆਦਾਰਾਂ ਦੀ ਸੋਚ ਐ ਗੁਰੂ ਸਵਾਰਿਓ ਦਾਸ ਨੂੰ ਵੀ ਜਦੋਂ ਸੰਤ ਬਾਬਾ ਮਾਨ ਸਿੰਘ ਜੀ ਦੇ ਬਾਰੇ ਪਤਾ ਲੱਗਾ ਕਿਲਾ ਫਾਰਮ ਤੋਂ ਭਾਈ ਬਲਦੇਵ ਸਿੰਘ ਜੀ ਡੇਰੇ ਜਾਂਦੇ ਸੀ 2-4 ਦਿਨ ਪਹਿਲਾਂ ਮੈਨੂੰ ਕਹਿਣ ਲੱਗੇ ਕਿ ਤੇਰੇ ਨਾਲ ਇੱਕ ਕੋਈ ਮਾਨ ਸਿੰਘ ਪੜਦਾ ਸੀ ਮੈਂ ਕਿਹਾ ਜੀ ਦੋ ਮਾਨਸਨ ਮਾਨ ਸਿੰਘ ਸਨ ਇੱਕ ਨੂੰ ਮਾਨ ਸਿੰਘ ਮਾਰੂ ਕਹਿੰਦੇ ਹੁੰਦੇ ਤੇ ਇੱਕ ਦੂਸਰਾ ਮਾਨ ਸਿੰਘ ਹੁੰਦਾ ਸੀ ਕਹਿਣ ਲੱਗਾ ਫਿਰ ਉਹ ਸੰਤ ਬਣ ਗਿਆ ਮੈਂ ਕਿਹਾ ਠੀਕ ਹੈ ਬਣ ਗਿਆ ਹੋਣਾ ਹੈ ਕਹਿਣ ਲੱਗਾ ਤੂੰ ਤੇ ਗੱਲ ਹੀ ਨਹੀਂ ਗੋਲੀ ਕਹਿੰਦਾ ਜਾਣੇ ਆ ਸੀ ਰੋਜ਼ ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ ਤਿੰਨ ਚਾਰ ਬੰਦੇ ਜਾਣੇ ਆ ਤੇ ਤੂੰ ਵੀ ਚੱਲ ਮੈਂ ਚਲੋ ਠੀਕ ਹੈ ਕਹਿਣ ਲੱਗਾ ਦਸਵੀਂੇ ਪਰਸੋਂ ਉਸ ਦਿਨ ਤਿਆਰ ਰਹੀ ਗੁਰੂ ਸਿਆ ਸਵਾਰਿਓ ਮੈਂ ਵੀ ਦਸਵੀਂ ਦੇ ਦੀਵਾਨ ਤੇ ਗਿਆ ਉਦੋਂ ਦਸਵੀਂ ਦਾ ਦੀਵਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਚਾਚਾ ਜੀ ਸਤਕਾਰਯੋਗ ਸਰਦਾਰ ਸੰਤਾ ਸਿੰਘ ਜੀ ਜਿਨ੍ਹਾਂ ਨੇ ਕੋਈ ਜ਼ਮੀਨ ਬਾਬਾ ਜੀ ਨੂੰ ਡੇਰੇ ਵਾਸਤੇ ਦਿੱਤੀ ਹੋਈ ਸੀ ਉੱਥੇ ਦਵਾਨ ਲੱਗਿਆ ਕਰਦੇ ਸੀ ਮੈਂ ਜਦੋਂ ਗਿਆ ਤੇ ਇਥੋਂ ਭੇਵੇ ਵਿੱਚ ਇੱਕ ਹੈਂਡੀਕੈਪਡ ਸੀ ਫੋੜੀਆਂ ਨਾਲ ਚੱਲਦਾ ਸੀ ਅਨਮਾਇਰ ਬੰਦਾ ਸੀ ਕੇਸਰ ਮਲ ਬੋਲਾ ਹ ਕਹਿੰਦੇ ਹੁੰਦੇ ਸੀ ਸਾਡੇ ਅਸਮਾਨਪੁਰ ਦੀ ਧਰਤੀ ਸੀ ਉਹਨਾਂ ਕੋਲ ਉਹਦਾ ਭਰਾ ਸੀ ਛੋਟਾ ਉਹਦਾ ਕੰਮ ਹੁੰਦਾ ਸੀ ਵੀ ਕੋਈ ਵੀ ਇੱਥੇ ਮੇਲੇ ਦੇ ਤਮਾਸ਼ਾ ਵਿਖਾਣ ਵਾਲੇ ਮਦਾਰੀ ਆਣੇ ਜਿਹੜੇ ਉਹ ਥੈਲੇ 'ਚ ਕੁਝ ਕੱਢ ਕੇ ਵਿਖਾਉਂਦੇ ਸੀ ਜਾਂ ਨਿਓਲ ਨੇ ਆ ਰੱਖਦੇ ਸੀ ਇਸ ਤਰ੍ਹਾਂ ਦਾ ਦੁਨੀਆਂ ਨੂੰ ਇਕੱਤਰ ਕਰਨ ਵਾਸਤੇ ਤੇ ਉਹ ਲੋਕ ਬਾਂਸਰੀ ਵਜਾਇਆ ਕਰਦੇ ਸੀ ਕੋਈ ਡੁਗਡੁਗੀ ਵੀ ਜਾਂਦਾ ਸੀ ਕੋਈ ਬਾਂਸਰੀ ਵਜਾਂਦਾ ਸੀ ਗੁਰੂ ਸਵਾਰਿਓ ਉਹਦਾ ਕੰਮ ਹੁੰਦਾ ਸੀ ਜਦੋਂ ਕਿਸੇ ਨੇ ਬਾਂਸਰੀ ਵਜਾਣੀ ਤੇ ਉਹ ਬੜਾ ਤਗੜਾ ਤੰਤਰਿਕ ਸੀ ਉਹ ਜਿਹੜਾ ਹਿੰਡੀਕੈਪਟ ਸੀ ਉਹਨੇ ਉਹਨਾਂ ਦੀ ਬਾਂਸਰੀ ਰੋਕ ਦੇਣੀ ਇਹੀ ਹੋਇਆ ਸੀ ਵੀ ਤਮਾਸ਼ਾ ਦੇਖਣਾ ਉਹਨਾਂ ਵਿਚਾਰਿਆਂ ਹੱਥ ਜੋੜਨੇ ਵੀ ਇਸ ਤਰ੍ਹਾਂ ਨਾ ਕਰ ਸਾਡੀ ਰੋਜੀ ਰੋਟੀ ਦਾ ਸਵਾਲ ਏ ਇਸ ਤਰ੍ਹਾਂ ਨਾ ਕਰ ਫਿਰ ਫੇਰ ਉਹਨੇ ਉਹਨਾਂ ਦੀ ਬੰਸਰੀ ਖੋਲ ਦੇਣੀ ਇਹ ਉਹਦਾ ਆਮ ਰਵਈਆ ਸੀ ਹਰ ਸਾਲ ਮੇਲਾ ਲੱਗਦਾ ਸੀ ਭੇਵੇ ਚੇਤਰ ਚੌਦਸ ਦਾ ਇਹ ਮੇਲੇ ਤੇ ਉਹਦਾ ਇਹੋ ਕੰਮ ਹੁੰਦਾ ਸੀ ਦਾਸ ਜਦੋਂ ਗਿਆ ਤੇ ਉਹ ਫੌੜੀਆਂ ਲੈ ਕੇ ਉਹ ਵੀ ਬੈਠ ਨਹੀਂ ਸਕਦਾ ਖੜਾ ਸੀ ਮੈਂ ਸੋਚਿਆ ਵੀ ਇਹ ਕਿੱਧਰ ਆਇਆ ਬਾਬਾ ਜੀ ਨੇ ਕੀਰਤਨ ਕੀਤਾ ਧਰਨਾ ਵਿੱਚ ਜਦੋਂ ਕੀਰਤਨ ਕੀਤਾ ਭੋਗ ਪਿਆ ਅਰਦਾਸ ਹੋਈ ਉਹਨੂੰ ਨਾਲ ਦਾ ਉਹਦੇ ਸੱਜਣ ਬੋਲਦਾ ਕਹਿੰਦਾ ਅੱਜ ਤੂੰ ਕੋਸ਼ਿਸ਼ ਨਹੀਂ ਕੀਤੀ ਕੋਈ ਆਪਣਾ ਜਲਵਾ ਨਹੀਂ ਵਿਖਾਇਆ ਕਹਿੰਦਾ ਅੱਜ ਮੇਰੇ ਕੋਲ ਜੋ ਕੁਝ ਵੀ ਹੈ ਸੀ ਮੈਂ ਸਭ ਕੁਝ ਕਹਿੰਦਾ ਜੋਰ ਲਾ ਲਿਆ ਹੈ ਲੇਕਿਨ ਕਹਿੰਦਾ ਮੇਰੀ ਪੇਸ਼ ਨਹੀਂ ਗਈ ਕਹਿੰਦਾ ਕਿਸੇ ਉਸਤਾਦ ਦਾ ਚੰਡਿਆ ਹੈ ਗੁਰੂ ਸਵਾਰਿਓ ਦਾਸ ਫਿਰ ਲਗਾਤਾਰ ਜਾਣ ਲੱਗ ਪਿਆ ਦੂਸਰੇ ਤੀਸਰੇ ਦਿਨ ਮੈਂ ਜਦੋਂ ਗਿਆ ਘਰ ਤੋਂ ਬਾਬਾ ਜੀ ਵਾਸਤੇ ਕੋਈ 2-4 ਕਿਲੋ ਦੁੱਧ ਆਂਦਾ ਸੀ ਆਏਗੀ ਥੋੜੀ-ਬੋਧੀ ਸੰਗਤ ਵਾਸਤੇ ਲੇਕਿਨ ਕੋਈ ਐਡਾ ਖੁੱਲਾ ਦੁੱਧ ਨਹੀਂ ਸੀ ਬਾਬਾ ਜੀ ਵਾਸਤੇ ਇੱਕ ਕੱਪ ਬਾਬਾ ਲੰਗਰ ਜੀ ਲੰਗਰ ਵਾਲਿਆਂ ਨੇ ਇੱਕ ਕੱਪ ਦੁੱਧ ਭੇਜਿਆ ਜਿਹੜੇ ਛੋਟੇ ਕੱਪ ਚੀਨੀ ਦੇ ਨੇ ਜਦੋਂ ਦੁੱਧ ਆਇਆ ਤੇ ਬਾਬਾ ਜੀ ਨੇ ਦੁੱਧ ਮੇਰੇ ਅੱਗੇ ਕਰ ਦਿੱਤਾ ਮੈਂ ਕਿਹਾ ਬਾਬਾ ਜੀ ਨਹੀਂ ਤੁਸੀਂ ਛਕੋ ਮੇਰਾ ਨਾਮ ਆਇਆ ਕਹਿੰਦੇ ਨੇ ਹਾਲਾਂਕਿ ਬੜੇ ਚਿਰ ਪਹਿਲਾਂ ਸਕੂਲ 'ਚ ਇਕੱਠੇ ਪੜ੍ਹਦੇ ਸੀ ਪਰ ਯਾਦ ਆਸ ਬੜੀ ਹੀ ਬਾਬਾ ਜੀ ਦੀ ਕਹਿੰਦੇ ਸ਼ਕਲਾ ਕਰੋ ਬਚਨ ਸਿਆਂ ਗੁਰੂ ਸਵਾਰਿਓ ਉਹ ਦੁੱਧ ਦੇ ਵਿੱਚ ਕੀ ਸੀ ਉਹ ਮੇਰੀ ਸਮਝ ਨਹੀਂ ਆਇਆ ਲੇਕਿਨ ਮੈਂ ਸਦਾ ਵਾਸਤੇ ਫਿਰ ਬਾਬਾ ਜੀ ਦੀ ਸੰਗਤ ਤੇ ਜੁੜ ਗਿਆ ਜਦੋਂ ਘਰ ਆਣਾ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਇੱਕ ਰਕਸ਼ਸਾਂ ਵਾਲੀ ਇਸ ਇਲਾਕੇ ਦਾ ਇਹ ਹਾਲ ਸੀ ਪੂਰੇ ਇਲਾਕੇ ਦੇ ਵਿੱਚ ਜਮੀਨਾ ਖੁੱਲੀਆਂ ਸਨ ਗੁੰਮਥਲੇ ਵਰਗੇ ਪਿੰਡਾਂ ਚ ਹੋਰ ਪਿੰਡਾਂ ਦੇ ਵਿੱਚ ਮਰਬਿਆਂ ਦੇ ਹਿਸਾਬ ਨਾਲ ਜਮੀਨਾ ਸਨ ਲੋਕਾਂ ਕੋਲ ਲੋਕਾਂ ਨੂੰ ਖਾਣ ਪੀਣ ਨੂੰ ਖੁੱਲਾ ਸੀ ਲੇਕਿਨ ਗੁਰਮਤ ਤੋਂ ਬੜੇ ਦੂਰ ਸਨ ਇਹ ਸਭ ਤੋਂ ਵੱਡੀ ਕਮੀ ਸੀ ਉਹ ਭਾਈ ਸਾਹਿਬ ਜਦੋਂ ਇੱਕ ਦਿਨ ਕੋਈ ਪ੍ਰੋਗਰਾਮ ਬਣਿਆ ਮੁਰਗੇ ਸ਼ੁਰਗੇ ਤਾਂ ਮੈਨੂੰ ਕਹਿਣ ਲੱਗੇ ਆ ਜਾ ਮੈਂ ਕਿਹਾ ਨਹੀਂ ਮੈਂ ਤੇ ਛੱਡ ਦਿੱਤਾ ਮੀਰ ਸਾਹਿਬ ਉਹ ਮੈਨੂੰ ਆਂਦੇ ਨੇ ਆਂਦੇ ਤੇਰੀ ਉਮਰ ਹੈ ਜੇ ਕੋਈ ਮੀਰ ਸਾਹਿਬ ਛੱਡਣ ਦੀ ਮੀਰ ਸਾਹਿਬ ਨਹੀਂ ਖਾਣਾ ਪੀਣਾ ਤਾਂ ਕੀ ਖਾਣਾ ਹੈ ਹੋਰ ਕੀ ਖਾਏਗਾ ਮੈਂ ਕਿਹਾ ਮੈਂ ਜਿਹੜੇ ਸੰਤਾਂ ਕੋਲ ਗਿਆ ਨਾ ਉਹਨਾਂ ਦੇ ਬਚਨ ਹੀ ਹੋ ਜੇ ਨੇ ਬਸ ਮੇਰੀ ਜੁਰਤ ਹੀ ਨਹੀਂ ਪਈ ਉਹਨਾਂ ਮੈਨੂੰ ਕਿਹਾ ਵੀ ਨਹੀਂ ਲੇਕਿਨ ਮੇਰਾ ਮੇਰਾ ਮਨ ਨਹੀਂ ਮੰਨਦਾ ਮੈਂ ਇਸ ਪਾਸੇ ਜਾਵਾਂ ਸਾਧ ਸੰਗਤ ਜੀ ਬੰਦੇ ਨੇ ਸਿਰਫ ਦੇਖਿਆ ਹੁੰਦਾ ਪਿੰਡਾਂ ਦਾ ਮਾਹੌਲ ਭਾਈ ਸਾਹਿਬ ਬੜੇ ਫਤੂਰ ਵਿੱਚ ਸਨ ਮੈਨੂੰ ਕਹਿਣ ਲੱਗੇ ਚੱਲ ਮੈਂ ਵੇਖਣਾ ਤੇਰਾ ਬਾਬਾ ਕਿਹੜਾ ਜਨੇ ਤੇ ਮੀਰ ਸਾਹਿਬ ਛਲਾਤਾ ਹੈ ਨਾ ਚਲੋ ਠੀਕ ਹੈ ਦੂਸਰੇ ਦਿਨ ਗਏ ਤਰੀਜਾਂ ਵਾਲੇ ਇੱਕ ਮਹੀਨੇ ਤੱਤ ਦੇ ਚਾਦਰਾਂ ਬਣਨੀਆਂ ਪਗੜ ਬਣਨੇ ਵੱਡੇ ਵੱਡੇ ਜਦੋਂ ਅਸੀਂ ਗਏ ਤੇ ਕਈ ਵਾਰ ਫਿਰ ਬਾਪੂ ਸੰਤਾ ਸਿੰਘ ਬੰਤਾ ਸਿੰਘ ਨੇ ਕਹਿਣਾ ਕਹਿੰਦਾ ਅਸੀਂ ਸੋਚਣਾ ਵੀ ਇਹ ਜੱਟ ਆਏ ਨੇ ਬੜੇ ਵਿਗੜੇ ਤੋਂ ਇਹਨਾਂ ਗੱਲ ਨਹੀਂ ਕਰਨ ਦੇਣੀ ਅੱਜ ਬਾਬਿਆਂ ਨੂੰ ਇਹ ਕੀ ਪੰਗਾ ਪਾ ਲਿਆ ਇਹਨੇ ਭਾਈ ਸਾਹਿਬ ਆਪਣੇ ਆਪ ਨੂੰ ਬੜੇ ਚਤਰ ਸਮਝਦੇ ਸੀ ਬਾਬਾ ਜੀ ਨੇ ਉਹੀ ਰੁਟੀਨ ਦੇ ਅਨੁਸਾਰ ਕਹਿਣ ਲੱਗੇ ਭਈ ਇਹ ਕੌਣ ਨੇ ਮੈਂ ਕਿਹਾ ਜੀ ਵੱਡੇ ਭਾਈ ਨੇ ਕਹਿੰਦੇ ਜਿਹੜੇ ਨੰਦਰੀ ਕਰਮ ਨੇ ਨਾ ਮਾਸ਼ਰਾ ਵਗੈਰਾ ਇਹ ਨਹੀਂ ਛਕਣੇ ਚਾਹੀਦੇ ਅਗੋਂ ਭਾਈ ਸਾਹਿਬ ਬੋਲਦੇ ਨੇ ਕਹਿੰਦੇ ਨਹੀਂ ਬਾਬਾ ਜੀ ਹੋਰ ਕੀ ਖਾਈਏ ਕਹਿੰਦੇ ਇਸ ਤੋਂ ਬਿਨਾ ਹੋਰ ਹੈ ਵੀ ਕੀ ਪ੍ਰੋਣੇ ਦੀ ਆਵੇ ਭੋਗਤ ਕਰਨੀ ਤੇ ਦੂਜੀ ਗੱਲ ਹੈ ਮੈਂ ਤੇ ਰੋਟੀ ਸੁਆਦ ਨਹੀਂ ਦਿੰਦੀ ਇਸ ਤੋਂ ਬਿਨਾ ਗੁਰੂ ਸواری ਸਾਧ ਸੰਗਤ ਜੀ ਬਾਬਾ ਜੀ ਫਿਰ ਤੋੜੇ ਆਪਣੇ ਵਜਵ ਵਿੱਚ ਆਏ ਕਹਿਣ ਲੱਗਿਆ ਉਹ ਗੁਰ ਭਜਨ ਸਿਆਂ ਤੂੰ ਤੇ ਕੀ ਤੇਰੇ ਆਉਣ ਵਾਲੇ ਨੇ ਖਾਣ ਪੀਣਗੇ ਉਹੀ ਗੱਲ ਹੋਈ ਥੋੜੇ ਦਿਨਾਂ ਬਾਅਦ ਦੂਸਰੇ ਤੀਸਰੇ ਦਿਨ ਤੋਂ ਬਾਅਦ ਪੰਜਾਂ ਮੱਝਾਂ ਰੱਖੀਆਂ ਸੀ ਉਹਨਾਂ ਦੇ ਪਿਸ਼ਾਬ ਵਾਲੀ ਜਗ੍ਹਾ ਤੇ ਕਿਰਮ ਪੈ ਗਏ ਫਸਲਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਮੋਟਰ ਰੋਜ਼ ਕੱਢਣੀ ਕੋਲ ਰੋਜ਼ ਪਾਉਣੀ ਮੋਟਰ ਵਿਗੜੀ ਰਹਿਣੀ ਇੱਕ ਲੜਕਾ ਹੀ ਭਾਈ ਸਾਹਿਬ ਦਾ ਉਹਦੇ ਹੱਥ ਤੇ ਚੋਟ ਲੱਗੀ ਉਹ ਗੱਲਣਾ ਸ਼ੁਰੂ ਹੋ ਗਿਆ ਹੋਰ ਹੀ ਪਰਿਵਾਰ ਚ ਬੜੀ ਤੰਗੀ ਤਰਸ਼ੀ ਹੋਈ ਮੈਨੂੰ ਕਹਿਣ ਲੱਗੇ ਆ ਕੀ ਬਣ ਲੱਗ ਗਿਆ ਮੇਰੇ ਨਾਲ ਮੈਂ ਕਿਹਾ ਭਾਈ ਸਾਹਿਬ ਉਸ ਦਿਨ ਜਿਹੜਾ ਬਾਬਾ ਜੀ ਨਾਲ ਤੂੰ ਵਾਦ-ਵਿਵਾਦ ਕੀਤਾ ਨਾ ਇਹ ਮੈਨੂੰ ਲੱਗਦਾ ਸਾਰਾ ਉਹਦਾ ਹੀ ਅਸਰ ਹੈ ਖੈਰ ਗੁਰੂ ਮਹਾਰਾਜ ਕਿਰਪਾ ਕੀਤੀ ਉਸ ਤੋਂ ਬਾਅਦ ਭਾਈ ਸਾਹਿਬ ਵੀ ਜਾਣੇ ਸ਼ੁਰੂ ਹੋ ਗਏ ਬਾਬਾ ਜੀ ਦੀ ਸੰਗਤੇ ਜਾਣਾ ਸ਼ੁਰੂ ਕਰਤਾ ਗੁਰੂ ਸਵਾਰੀ ਸਾਧ ਸੰਗਤ ਜੀ ਇਸੇ ਦੌਰਾਨ ਆਂਢ ਗੁਆਂਢ ਦੇ ਜਿਹੜੀਆਂ ਸੰਗਤਾਂ ਸੀ ਉਹਨਾਂ ਨੇ ਆਸ਼ਰਮ ਵਿਖੇ ਆਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਵੀ ਜਦ ਪ੍ਰਚਾਰ ਕਰਨਾ ਸੀ ਹੋਰ ਤੇ ਕੋਈ ਸਾਧਨ ਹੈ ਨਹੀਂ ਸੀ ਜਾਂ ਤਾਂਗੇ ਤੇ ਜਾਣਾ ਜਾਂ ਸਾਈਕਲ ਪਿੱਛੇ ਸੇਵਕਾਂ ਨੂੰ ਕਹਿੰਨਾ ਵਾਜਾ ਢੋਲ ਕੀ ਰੱਖ ਲਵਾ ਪੈਦਲ ਚਲੇ ਜਾਣਾ ਖੈਰ ਜੋ ਸੇਵਾ ਲਈ ਸੀ ਮਾਪੁਰਖਾਨੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਉਹ ਗੱਲ ਤਾਂ ਪੂਰੀ ਹੋਣੀ ਸੀ ਉਹਨਾਂ ਦੇ ਬਚਨ ਸਨ ਲਾਗੇ ਤਾਗੇ ਦੇ ਪਿੰਡ ਜਿਸ ਤਰ੍ਹਾਂ ਛੋਟਾ ਸਿਆਣਾ 4 ਨੰਬਰ ਮੋਰਥਲੀ ਕਿਲਾ ਫਾਰਮ ਗੁੰਮਥਲਾ ਜਰਾਸੀ ਭਟਮਾਜਰਾ ਮੋੜ ਪਲਾਟ ਵੱਡੀ ਜਰਾਸੀ ਇਥੋਂ ਸੰਗਤਾਂ ਦਾ ਆਵਾਜਾ ਬਣ ਗਈ ਇਸੇ ਦੌਰਾਨ ਹੀ ਇੱਕ ਉਹ ਰਖਤੋਂ ਭਾਈ ਗੁਰਨਾਮ ਸਿੰਘ ਜੀ ਆਇਆ ਕਰਦੇ ਸੀ ਜਿਹੜੇ ਅਜੇ ਵੀ ਸਰੀਰ ਕਰਕੇ ਹੱਣ ਕਦੇ ਕਦਾਂ ਡੇਰੇ ਆਉਂਦੇ ਨੇ ਉਹਨਾਂ ਦੇ ਨਾਲ ਹੋਰ ਦੋਸਤ ਸਨ ਤਿੰਨ ਸਿੰਘ ਆਣੇ ਇੱਕ ਦਿਨ ਜਦੋਂ ਲੰਗਰ ਦੀ ਦਿੱਕਤ ਆਉਂਦੀ ਸੀ ਹਨੇਰੀ ਵਿੱਚ ਹਵਾ ਵਿੱਚ ਮੀਂਹ ਵਿੱਚ ਭਾਈ ਗੁਰਨਾਮ ਸਿੰਘ ਹਰਨ巴巴 ਜੀ ਨੂੰ ਕਿਹਾ ਲੰਗਰ ਵਾਲਿਆਂ ਨੂੰ ਇਸ ਤਰ੍ਹਾਂ ਕਰੀਏ ਬਾਬਾ ਜੀ ਆਪਾਂ ਨਾ ਥੋੜਾ ਜਿਹਾ ਆਸਰਾ ਕਰ ਲਈਏ ਪਰਾਲੀ ਦੀ ਇੱਕ ਛੰਨ ਬਣਾ ਲੈਨੇ ਆ ਉਹ ਉਹਨਾਂ ਦੋਵਾਂ ਤਿੰਨਾਂ ਜਾਨਾਂ ਨੇ ਮਿਲ ਕੇ ਇੱਕ ਪ੍ਰਾਲੀ ਦੀ ਛੰਡ ਬਣਾ ਦਿੱਤੀ। ਗੁਰੂ ਸਵਾਰਿਓ ਉਹ ਵੀ ਇੱਕ ਦਿਨ ਹਵਾ ਆਈ ਅੰਦਰ ਅੱਗ ਬਲਦੀ ਵੀ ਉਹ ਵੀ ਸੜ ਗਈ। ਵੱਡੇ ਬਾਬਾ ਜੀ ਬੜੇ ਖੁਸ਼ ਹੋਏ। ਕਹਿੰਦੇ ਉਹ ਲੰਗਰ ਆ ਲਿਆ ਤੈਨੂੰ ਕਿਹਾ ਸੀ ਇਹੋ ਜੇ ਕੰਮ ਨਾ ਕਰਿਆ ਕਰ। ਕੋਈ ਸਮਾਏਗਾ ਸਭ ਕੁਝ ਠੀਕ ਹੋਏਗਾ। ਗੁਰੂ ਸਵਾਰੀ ਸਾਧ ਸੰਗਤ ਜੀ ਆਂਡ ਗਵਾਂਡ ਤੋਂ ਸੰਗਤਾਂ ਸ਼ਾਮ ਨੂੰ ਕੀਰਤਨ ਹੋਣਾ। ਸੰਗਤਾਂ ਨੇ ਆਣਾ ਸਵੇਰੇ ਹਾਜ਼ਰੀ ਭਰਨੀ ਸੰਗਤਾਂ ਨੇ। ਬਾਬਾ ਜੀ ਨੇ ਪ੍ਰਚਾਰ ਬੜਾ ਸ਼ੁਰੂ ਕੀਤਾ ਆਂਡ ਗਵਾਂਡ ਪਿੰਡਾਂ ਚ ਇੱਕ ਸਮਾਂ ਉਹ ਆ ਗਿਆ ਸੰਗਤ ਕਾਫੀ ਜੁੜਨੀ ਸ਼ੁਰੂ ਹੋ ਗਈ ਉਦੋਂ ਅਜੇ ਤੱਕ ਦਰਬਾਰ ਸਾਹਿਬ ਦਾ ਵੀ ਹਾਲ ਨਹੀਂ ਸੀ ਬਣਿਆ ਗੁਰੂ ਸਵਾਰਿਓ 1977 ਦੀ ਗੱਲ ਹੈ ਮਾਗੀ ਵਾਲੇ ਦਿਨ ਬਾਬਾ ਜੀ ਨੇ ਮਨ ਬਣਾ ਲਿਆ ਕਿ ਸੰਗਤ ਕਾਫੀ ਪ੍ਰਭਾਵਿਤ ਹੋ ਗਈ ਹੈ ਤੇ ਕਿਉਂ ਨਾ ਹੋਏ ਤੇ ਅੰਮ੍ਰਿਤ ਸੰਚਾਰ ਦਾ ਕੰਮ ਕੀਤਾ ਜਾਵੇ ਸੰਤ ਬਾਬਾ ਮਾਨ ਸਿੰਘ ਜੀ ਨੇ ਪਿੰਡ ਦੇ ਦੋ ਗ੍ਰੰਥੀ ਸਿੰਘ ਸਨ ਭਾਈ ਹਯੂਰਾ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਸ਼ੁਰੂ ਸ਼ੁਰੂ ਵਿੱਚ ਬਾਬਾ ਜੀ ਦੇ ਨਾਲ ਕੀਰਤਨ ਵੀ ਕਰਵਾਣਾ ਗੁਰਮੀਤ ਸਿੰਘ ਜੀ ਢੋਲਕੀ ਵੀ ਜਾਂਦੇ ਸੀ ਹਯੂਰਾ ਸਿੰਘ ਜੀ ਚਿੰਮਟਾ ਵੀ ਜਾਂਦੇ ਸੀ ਅਤੇ ਉਸ ਤੋਂ ਬਾਅਦ ਦਿਨ ਬਦਨ ਇੱਕ ਕੰਮ ਵਧਣਾ ਸ਼ੁਰੂ ਹੋ ਗਿਆ ਭਾਈ ਗੁਰਮੀਤ ਸਿੰਘ ਜੀ ਭਾਈ ਹਯੂਰਾ ਸਿੰਘ ਜੀ ਨੂੰ ਨਾਲ ਲੈ ਕੇ ਇੱਕ ਦਾਸ ਨੂੰ ਨਾਲ ਲੈ ਕੇ ਇੱਕ ਬਾਬਾ ਜੀ ਖੁਦ ਉਦੋਂ ਆਸ਼ਰਮ ਦੀ ਕੋਈ ਆਪਣੀ ਗੱਡੀ ਨਹੀਂ ਸੀ ਹੁੰਦੀ ਮੈਨੂੰ ਕਹਿਣ ਲੱਗੇ ਕੋਈ ਗੱਡੀ ਦਾ ਇੰਤਜ਼ਾਮ ਕਰੋ ਮੇਰਾ ਇੱਕ ਸੱਜਣ ਮਿੱਤਰ ਸੀ ਇਥੇ ਭੇਵੇ ਦਾ ਪੰਡਤ ਲੜਕਾ ਉਹਦੀ ਗੱਡੀ ਲੈ ਕੇ ਗਏ ਗੁਰੂ ਸਵਾਰਿਓ ਦੇਖੋ ਬਾਬਾ ਜੀ ਦੀ ਭਾਵਨਾ ਕਹਿੰਦੇ ਵੀ ਜਿਹੜੇ ਪੰਜ ਪਿਆਰੇ ਤਿਆਰ ਕਰਨੇ ਉਹਨਾਂ ਨੂੰ ਅਮਰ ਜਿਹੜਾ ਸ਼ਕਾਣਾ ਅਨੰਦਪੁਰ ਸਾਹਿਬ ਤੋਂ ਸ਼ਕਾਣਾ ਹੈ ਇਹ ਇਥੇ ਭਾਈ ਮਲੂਕ ਸਿੰਘ ਜੀ ਸੀ ਉਹ ਪਹਿਲਾਂ ਹੀ ਅਮਰਤਾਰੀ ਸਨ ਭਾਈ ਮੇਰ ਸਿੰਘ ਜੀ ਦੇ ਜੀਜਾ ਜੀ ਸਨ ਉਹਨਾਂ ਤੇ ਵੀ ਬੜੀ ਕਿਰਪਾ ਸੀ ਪੰਜਾਂ ਬਾਣੀਆਂ ਉਹਨਾਂ ਨੂੰ ਜ਼ਬਾਨੀ ਇਜਾਜ਼ਤ ਸਨ ਉਹਨਾਂ ਨੇ ਵੀ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਜੀ ਮੈਂ ਅੰਮ੍ਰਿਤ ਛਕਿਆ ਇਹਨਾਂ ਨੂੰ ਛਕਾ ਲਿਓ ਬਾਬਾ ਜੀ ਨੇ ਸਾਨੂੰ ਵੀ ਉੱਥੇ ਅੰਮ੍ਰਿਤ ਛਕਾਇਆ ਆਪ ਵੀ ਛਕਿਆ ਅਨੰਦਪੁਰ ਸਾਹਿਬ ਤੋਂ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਪਹਿਲਾਂ ਅੰਮ੍ਰਿਤ ਨਹੀਂ ਸੀ ਛਕਿਆ ਗੁਰੂ ਸਵਾਰੀ ਸਾਧ ਸੰਗਤ ਜੀ ਉਹਨਾਂ ਨੇ ਮਨ ਚ ਉਹਨਾਂ ਦੇ ਵਿਚਾਰ ਆਈ ਸੀ ਵੀ ਜਦੋਂ ਵੀ ਕਿਤੇ ਆਸ਼ਰਮ ਬਣਾਵਾਂਗੇ ਸੰਗਤਾਂ ਨੂੰ ਗੁਰੂ ਦੇ ਲੜ ਲਾਣ ਵਾਸਤੇ ਅੰਮ੍ਰਿਤ ਛਕਾਉਣਾ ਹੈ ਤੇ ਸਭ ਤੋਂ ਪਹਿਲਾਂ ਆਪ ਵੀ ਖੁਦ ਅਤੇ ਨਾਲ ਜਿਹੜੇ ਪੰਜ ਪਿਆਰੇ ਹੋਣੇ ਨੇ ਉਹਨਾਂ ਨੂੰ ਅਮਰ ਸਿਕਾ ਕੇ ਲਿਆਣਾ ਅਨਨਤੁਰ ਸਾਹਿਬ ਤੋਂ ਉਸ ਤੋਂ ਬਾਅਦ ਅਮਰ ਸਿਕਾਣ ਦੀ ਤਿਆਰੀ ਕਰਨੀ ਹੈ ਉਪਰੰਤ ਅਮਰitsar ਸਾਹਿਬ ਜਾ ਕੇ ਮੱਥਾ ਟੇਕ ਕੇ ਦੇਖ ਕਰਾ ਕੇ ਅਰਦਾਸ ਕਰਕੇ ਕਰਵਾ ਕੇ ਫੇਰ ਮਤਲਬ ਕਿ ਅਮਰ ਸਿਕਾਣ ਦੀ ਬਾਬਾ ਜੀ ਨੇ ਤਿਆਰੀ ਕੀਤੀ ਗੁਰੂ ਸਵਾਰਿਓ ਪਹਿਲੀ ਤਿਆਰੀ ਵਿੱਚ ਹੀ ਇੱਥੇ ਉਹ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਜ ਸਿਰਫ ਛੋਟੇ ਕਮਰੇ ਵਿੱਚ ਸੀ ਬਾਬਾ ਜੀ ਨੇ ਪਿੰਡ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸੀ ਉੱਥੇ ਹਾਲ ਤਕੜਾ ਸੀ ਉੱਥੇ ਪ੍ਰੋਗਰਾਮ ਰੱਖਿਆ ਸੰਗਤ ਦਾ ਪਰ ਵੇਖੋ ਦਾ ਫਰਸਟ ਇਮਪ੍ਰੈਸ਼ਨ ਇਜ਼ ਦੀ ਲਾਸਟ ਇਮਪ੍ਰੈਸ਼ਨ ਆਗਾਜ਼ ਤਾਂ ਅੱਛਾ ਹੈ ਅੰਜਾਮ ਖੁਦਾ ਜਾਣੇ ਸੰਗਤ ਦਾ ਐਡਾ ਉਤਸਾਵ ਬਣਿਆ ਲਗਭਗ ਪਹਿਲੀ ਵਾਰ ਹੀ 1000 ਆ ਪ੍ਰਾਣੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਏ ਉਸ ਤੋਂ ਬਾਅਦ ਫਿਰ ਦਿਨ ਦੁਨੀ ਤੇ ਰਾਤ ਚੌਨੀ ਤਰੱਕੀ ਸ਼ੁਰੂ ਹੋ ਗਈ குருਸਵਾਰਿਓ ਵਰਸੀ ਮਨਾਣੀ ਸ਼ੁਰੂ ਕਰ ਦਿੱਤੀ ਦਰਬਾਰ ਸਾਹਿਬ ਦਾ ਕੰਮ ਵੀ ਸ਼ੁਰੂ ਕਰਤਾ ਜਿੱਥੇ ਹੁਣ ਮਹਾਰਾਜ ਦੇ ਪ੍ਰਕਾਸ਼ ਨੇ ਦੂਰੋਂ ਦੂਰੋਂ ਸੰਗਤਾਂ ਅਨਲਗ ਪਈਆਂ ਇੱਕ ਰਾਏ ਵਾਲੀ ਪਿੰਡ ਅੰਬਾਲੇ ਤੋਂ ਅੱਗੇ ਪੈਂਦਾ ਹੈ ਜਿੱਥੇ ਕਿ ਸੰਤ ਬਾਬਾ ਮਾਨ ਸਿੰਘ ਜੀ ਦਾ ਮੰਗਣਾ ਵੀ ਹੋਇਆ ਸੀ ਲੇਕਿਨ ਸੰਤ ਬਾਬਾ ਮਾਨ ਸਿੰਘ ਜੀ ਨੇ ਮਨ ਬਣਾ ਲਿਆ ਸੀ ਵੀ ਸ਼ਾਦੀ ਨਹੀਂ ਕਰਵਾਨੀ ਉੱਥੇ ਵੀ ਪ੍ਰੋਗਰਾਮ ਆਣੇ ਸ਼ੁਰੂ ਹੋ ਗਏ ਉੱਥੋਂ ਦਾ ਇੱਕ ਭਾਈ ਮਨਜੀਤ ਸਿੰਘ ਜੀ ਸਨ ਭਾਈ ਮਨਜੀਤ ਸਿੰਘ ਜੀ 에ਅਰ ਫੋਰਸ ਦੀ ਨੌਕਰੀ ਕਰਦੇ ਸੀ ਬਰਸੀ ਦੇ ਦੌਰਾਨ ਬਰਸੀ ਦੇ ਦੌਰਾਨ ਜਦੋਂ ਟੈਂਟ ਵਗੈਰਾ ਰਾਤ ਨੂੰ ਲਾਣੇ ਹੁੰਦੇ ਸੀ ਇੱਕ ਦੋ ਦਿਨ ਸਾਡੇ ਲੱਗ ਜਾਂਦੇ ਸੀ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਸੀ ਜਿੱਥੇ ਗੁਰੂ ਘਰ ਲੰਗਰ ਤਿਆਰ ਕਰਨਾ ਉਹ ਵੀ ਟੈਂਟਾਂ ਥੱਲੇ ਤਿਆਰ ਹੁੰਦਾ ਸੀ ਜਿੱਥੇ ਲੰਗਰ ਛਕਾਣਾ ਉੱਥੇ ਵੀ ਟੈਂਟ ਲੱਗਦੇ ਸੀ ਤੇ ਜਿੱਥੇ ਦੀਵਾਨ ਸਜਦਾ ਸੀ ਉੱਥੇ ਵੀ ਟੈਂਟ ਲੱਗਦੇ ਸੀ ਬਰਸੀ ਦੇ ਦੌਰਾਨ ਭਾਈ ਮਨਜੀਤ ਸਿੰਘ ਜੀ ਉਹ ਚਾਚੇ ਤੌਰ ਤੇ ਛੁੱਟੀ ਲੈ ਕੇ ਆਉਂਦੇ ਸੀ ਤੇ ਸੇਵਾ ਕਰਨੀ ਗੁਰੂ ਸਵਾਰਿਓ ਇੱਕ ਸਮਝ ਤੋਂ ਪਰਾਂ ਦੀ ਗੱਲ ਦੱਸਣ ਲੱਗਾ ਤੁਹਾਨੂੰ ਮਹਾਪੁਰਖਾਂ ਦੀ ਭਾਈ ਮਨਜੀਤ ਸਿੰਘ ਜੀ ਇੱਕਦਮ ਰਾਤ ਨੂੰ ਅਸੀਂ ਬੈਠੇ ਹਾਂ ਕੋਈ 2:30 ਵਜੇ ਸਾਰੀ ਰਾਤ ਟੈਂਟ ਲਵਾਈ ਦੇ ਸੀ 2:30 ਵਜੇ ਬੈਠੇ ਹਾਂ ਤੇ ਉਹਨਾਂ ਆਪਣੇ ਆਪ ਵੀ ਸੁਣਾਈ ਮੈਨੂੰ ਕਹਿਣ ਲੱਗਾ ਬਾਜੀ ਗੁਰਬਚਨ ਸਿੰਘ ਜੀ ਤੁਹਾਨੂੰ ਇੱਕ ਅਜੀਬ ਗੱਲ ਸੁਣਾਵਾਂ ਮੈਂ ਕਿਹਾ ਦੱਸੋ ਕਹਿੰਦੇ ਮੇਰੇ ਕੋਲ ਇੱਕ ਬੇਟਾ ਸੀ ਤੇ ਮੈਂ ਸੋਚਿਆ ਕਿ ਹੁਣ ਕਿਉਂ ਨਾ ਹੋਵੇ ਕਿ ਜੋ ਅੱਜ ਸਮੇ ਦਾ ਮਾਹੌਲ ਚੱਲਦਾ ਪਿਆ ਇੱਕ ਬੇਟਾ ਤੇ ਇੱਕ ਬੇਟੀ ਹੋ ਜਾਵੇ ਕਹਿੰਦਾ ਮਨ ਚ ਸੋਚਿਆ ਫੁਰਨਾ ਬਣਾਇਆ ਵੀ ਬਾਬਾ ਜੀ ਤੇ ਵਿਸ਼ਵਾਸ ਰੱਖਦਾ ਸੀ ਉਹ ਜੇ ਕਿਤੇ ਇਹ ਕੰਮ ਹੋ ਜਾਏ ਤੇ ਬਹੁਤ ਚੰਗੀ ਗੱਲ ਐ ਅਖੀਰ ਉਹ ਸਮਾਂ ਆ ਗਿਆ ਡਿਲੀਵਰੀ ਦਾ ਚੰਡੀਗੜ੍ਹ ਕਿਸੇ ਚੰਗੇ ਹਸਪੀਟਲ ਵਿੱਚ ਐਡਮਿਟ ਕਰਵਾਈ ਉਹਨਾਂ ਆਪਣੇ ਘਰ ਵਾਲੀ ਲੇਕਿਨ ਮੌਕੇ ਤੇ ਉਹਦੇ ਮਨ ਦਾ ਫੁਰਨਾ ਬਦਲ ਗਿਆ ਪਿੱਛੇ ਲੋ ਲੜਕੀ ਗਈ ਇਹ ਲੜਕਾ ਹੋ ਜਾਏ ਤਾਂ ਵੀ ਚੰਗਾ ਜੋੜੀ ਮਿਲ ਜਾਏਗੀ ਗੁਰੂ ਸواری ਸਾਧ ਸੰਗਤ ਜੀ ਭਾਈ ਮਨਜੀਤ ਸਿੰਘ ਕਹਿੰਦਾ ਕਹਿੰਦਾ ਮੈਂ ਲੜਕੇ ਨੇ ਜਨਮ ਲੈ ਲਿਆ ਮੈਂ ਮਠਿਆਈ ਦਾ ਡੱਬਾ ਲੈ ਕੇ ਨਾਲ ਥੋੜੀ ਮਾਇਆ ਲੈ ਕੇ ਬਾਬਾ ਜੀ ਕੋਲ ਆਇਆ ਭਾਈ ਮਨਜੀਤ ਸਿੰਘ ਕਹਿੰਦਾ ਕਹਿੰਦਾ ਮੈਨੂੰ ਬਾਬਾ ਜੀ ਹੱਥ ਮਾਰ ਕੇ ਕਹਿੰਦੇ ਨੇ ਉਹ ਕਹਿੰਦੇ ਉਹ ਭਲਿਆ ਮਾਨਸਾ ਕੋਈ ਕੰਮ ਦੱਸਣਾ ਹੁੰਦਾ ਹੈ ਕੋਈ ਥੋੜਾ ਟਾਈਮ ਪਹਿਲਾਂ ਦੱਸਿਆ ਕਰੋ ਮੌਕੇ ਦੇ ਮੌਕੇ ਫੁਰਨਾ ਕੁਝ ਦਾ ਕੁਝ ਬਣਾ ਲੈਂਦੇ ਹੋ ਕਹਿਣ ਲੱਗਾ ਬਾਬਾ ਜੀ ਦੇ ਮੈਂ ਚਰਨ ਫੜ ਕੇ ਕਹਾਂ ਮੈਂ ਕਿਹਾ ਬਾਬਾ ਜੀ ਉੱਥੇ ਹਸਪੀਟਲ ਦੇ ਵਿੱਚ ਬੜੀ ਅਫਰਾ ਤਫਰੀ ਪਣੀ ਪਈ ਹੈ ਬਾਬਾ ਜੀ ਕਹਿੰਦੇ ਹੱਸ ਕੇ ਕਹਿੰਦੇ ਕਿਹੜੀ ਗੱਲਾਂ ਕਹਿੰਦੇ ਬਾਬਾ ਜੀ ਜਿਹੜਾ ਸਿਸਟਮ ਹੈ ਨਾ ਬੱਚੇ ਦਾ ਕੋ ਦਿਲ ਦਿਲ ਦਾ ਸਿਸਟਮ ਉਹ ਕਹਿੰਦਾ ਜਿਹੜੇ ਪਾਸੇ ਹੁੰਦਾ ਉਹਦਾ ਦੂਜੇ ਪਾਸੇ ਹੋਰ ਵੀ ਕਈ ਜਿਹੜੇ ਉਹਦੇ ਸਰੀਰ ਦੇ ਜਿਹੜੇ ਹੈ ਨੇ ਅੰਗਾਂ ਦੇ ਜਿਹੜੀ ਹੈ ਨਾ ਬੰਤਰ ਉਹ ਥੋੜੀ ਉਹ ਡਾਕਟਰਾਂ ਦੀ ਸਮਝ ਤੋਂ ਪਰਾਂ ਹੋਈ ਪਈ ਏ ਕਹਿੰਦਾ ਮੈਂ ਹੈਰਾਨ ਹੋ ਗਿਆ ਬਾਬਾ ਜੀ ਦੇ ਬਚਨ ਸੁਣ ਕੇ ਸੋ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਰ ਕਰਨੀਆਂ ਪ੍ਰਵਾਨ ਕਰਨੀਆਂ ਗੁਰੂ ਮਹਾਰਾਜ ਕਿਰਪਾ ਕਰਨ ਸਵਾ ਜਿਉਂ-ਜਿਉਂ ਚੱਲਦਾ ਰਹੇਗਾ ਜਿਸ ਤਰ੍ਹਾਂ ਨੇੜੇ-ਨੇੜੇ ਦੀ ਸੰਗਤ ਆਉਂਦੀ ਸੀ ਦੂਰ ਦੀਆਂ ਸੰਗਤਾਂ ਵੀ ਭਾਈ ਕਰਮ ਸਿੰਘ ਜੀ ਜਿਹੜੇ ਬਾਬਾ ਜੀ ਦੇ ਨਾਲ ਜਿੰਨਾ ਡਰਾਈਵਰੀ ਸਾਰੀ ਜ਼ਿੰਦਗੀ ਕੀਤੀ ਹੈ ਔਰ ਬੜੀ ਵਫਾਦਾਰੀ ਦੇ ਨਾਲ ਉਹਨਾਂ ਦੇ ਪਿਤਾ ਜੀ ਇਹਨਾਂ ਦਾ ਪਰਿਵਾਰ ਸੰਤ ਬਾਬਾ ਇਸ਼ਾ ਸਿੰਘ ਜੀ ਦੇ ਸਹੜਦਾਲੂ ਸਨ ਉਹ ਇਹਨਾਂ ਦੋ ਮਹਾਪੁਰਖਾਂ ਦੇ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਤੇ ਸੰਤ ਬਾਬਾ ਮੋਹਨ ਸਿੰਘ ਜੀ ਦੇ ਵਿੱਚ ਮੈਂ ਕਹਿ ਸਕਣਾਂ ਕਿ ਜਿੱਥੇ ਉਹ ਐਡੇ ਵੱਡੇ ਪਿਲਰਸ ਹਨ ਇਸ ਆਸ਼ਰਮ ਦੇ ਇਹਨਾਂ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਕੜੀ ਦਾ ਕੰਮ ਜਿਨ੍ਹਾਂ ਦਾ ਘਰ ਦਾ ਨਾਮ ਮस्तान ਸਿੰਘ ਸੀ ਤੇ ਡੇਰੇ ਆਣ ਤੋਂ ਬਾਅਦ ਉਹਨਾਂ ਦਾ ਨਾਮ ਭਗਤ ਸਿੰਘ ਰੱਖ ਦਿੱਤਾ ਗਿਆ ਬਾਬਾ ਜੀ ਵੱਲੋਂ ਆਮ ਦੁਨੀਆ ਉਹਨਾਂ ਨੂੰ ਬਾਬਾ ਭਗਤੂ ਜੀ ਕਰਕੇ ਜਾਣਦੀ ਹੈ ਗੁਰੂ ਸਵਾਰੀ ਸਾਧ ਸੰਗਤ ਜੀ ਜਿਸ ਵਫਾਦਾਰੀ ਦੇ ਨਾਲ ਜਿਸ ਇਮਾਨਦਾਰੀ ਦੇ ਨਾਲ ਜਿਸ ਹਿੰਮਤ ਦੇ ਨਾਲ ਵਾਹਿਗੁਰੂ ਨੂੰ ਪਤਾ ਨਹੀਂ ਕੀ ਭਾਂਦਾ ਸੀ ਉਹਨਾਂ ਦਾ ਸਮਾਂ ਵੀ ਘੱਟ ਲਿਖਿਆ ਸੀ ਜੋ ਉਹਨਾਂ ਨੇ ਕੰਮ ਕੀਤਾ ਡੇਰੇ ਦਾ ਜਿੰਨੀ ਸੇਵਾ ਕੀਤੀ ਉਹਨਾਂ ਡੇਰੇ ਦੀ ਹਰ ਆਏ ਗਏ ਸ਼ਰਧਾਲੂ ਨੂੰ ਅਟੈਂਡ ਕਰਨਾ ਕਿਉਂ ਵੱਡੇ ਬਾਬਾ ਜੀ ਕੀਰਤਨ ਕਰਦੇ ਸੀ ਛੋਟੇ ਇਮਾਰਤਾਂ ਵਾਲ ਤੇ ਲੰਗਰ ਵਾਰ ਰਹਿੰਦੇ ਸੀ ਪਰ ਉਹਨਾਂ ਨੇ ਵੀ ਇਸ ਡੇਰੇ ਦਾ ਬਹੁਤ ਹੀ ਇੱਕ ਤਰੀਕੇ ਦੇ ਨਾਲ ਜੋ ਬਾਬਾ ਜੀ ਨੇ ਹੁਕਮ ਲਾਇਆ ਉਹਨੂੰ ਨਿਭਾਇਆ ਸੋ ਗੁਰੂ ਸواری ਸਾਧ ਸੰਗਤ ਜੀ ਅੱਗੋਂ ਫਿਰ ਜਿਉਂ-ਜਿਉਂ ਸਿੱਖ ਸੰਗਤਾਂ ਆਉਂਦੀਆਂ ਰਹੀਆਂ ਨੇ ਜਿਹੜੇ-ਜਿਹੜੇ ਡੇਰੇ ਵਿੱਚ ਸਿੰਘ ਆਂਦੇ ਰਹੇ ਨੇ ਜਾਂ ਸੰਗਤਾਂ 'ਚ ਜੁੜਦੇ ਰਹੇ ਨੇ ਭਾਈ ਹਰਨਾਮ ਸਿੰਘ ਜੀ ਵਰਗੇ ਆਪਣੇ ਸਰਪੰਚ ਸੰਤੋਖ ਸਿੰਘ ਜੀ ਬਹਿਰੀਆਂ ਵਾਲੇ ਗੁੰਮਥਲਾ ਸਾਹਿਬ ਗੁੰਮਥਲੇ ਤੋਂ ਕਈ ਸਿੰਘ ਇੱਕ ਗੁਰਬਚਨ ਸਿੰਘ ਜੀ ਭਿੰਡਰ ਹੁੰਦੇ ਸੀ ਹੋਰ ਵੀ ਜੋ ਇਲਾਕੇ ਦੇ ਜਿਵੇਂ-ਜਿਵੇਂ ਮੌਜੂਦ ਬੰਦੇ ਆਂਦੇ ਰਹੇ ਨੇ ਉਹ ਉਹਨਾਂ ਦਾ ਵੀ ਉਹਨਾਂ ਦੇ ਬਾਰੇ ਵੀ ਅੱਗੋਂ ਜ਼ਿਕਰ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ